कोऑपरेटिव किराने जिंदाबाद, कैप्टन सरकार जिंदाबाद, कैप्टन सरकार जिंदाबाद, मोदी सरकार जिंदाबाद, मोदी सरकार। हाँ जी, की नाम है अपना जी? मेरा हरमनप्रीत सिंह डिक्की जे जी, कोऑर्डिनेटर पंजाब ते जिला प्रधान संगरूर। जिहड़ा ये तुसीं धरना लाया होया पटियाला मुख रोड दे उपर, इहदा कारण की है जी? ये सड़क निकल रही है एक दिल्ली कटड़ा एक्सप्रैस वे, जिदे विच सरकार बहुत घट मुआवजा दे रही है ते जबरन धक्के नाल किसानां तों जमीनां खोहना चाहुंदी है ते असीं खोहण नहीं दे रहे। ये किन्ने टाइम तों आ जी अपना धरना इत्थे लग्गिया तुसीं? इहनूं 2 महीने हो गए साडे धरने नूं, 2 महीनिआं तों जिहड़े किसान इत्थे डे नाइट बैठे है ते हजे तक कोई प्रशासन दा कोई सरकार दा नुमाइंदा आ के सानूं पुछण नहीं आया। जदों असीं सड़कां दे विचाले बहि जांगे उदों सरकार दा दिमाग खुलदा फिर वी आह की हो गया। देखो शांतिपूर्वक ढंग नाल बैठे 2 महीनिआं तों, साडा रोज़ 250-300 किसान आ रहा है इत्थे, रोज़ जा रहा है, सरकार नूं 2 महीनिआं तों कोई फर्क नहीं पै रहा। जदों असीं बगावत करदे हैं या असीं सरकार नूं घेरदे हैं फिर सरकार नूं सुरत आउंदी है वी धरने कदरी लग रहे हैं। इस तों बाद तुहाडा की टीचा जी? टीचा सरकार दे धौण ते गोडा रखना तैयारी च, प्रशासन नूं असीं दसी जा रहे हैं बार बार, असीं उन्हां नूं मेमोरेंडम देई जा रहे हैं, पर सरकार सोचदी है पता नहीं है मजाक है। एक दिन असीं कैप्टन साहब नूं घेरिया सीगा, उन्हां दा महल घेरिया सीगा, असीं 4 बजे तक वेट की, जदों प्रशासन का कोई नुमाइंदा नहीं आया, असीं बड़े शांतिपूर्वक ढंग नाल एक धरना लाया सी एक साइड ते, ते साडे उत्थे बुलारे बोली गए, जदों नहीं उन्होंने सोचे सुनिया फिर असीं 5 किलोमीटर रोड मार्च करके जाके असीं कैप्टन साहब दे महल कोल पहुँचे सीगे, फिर जाके साडी उत्थे मीटिंग तय हुई सी। बड़ा संघर्ष कर रहे हैं बई जी, मतलब सरकार चाहुंदी है कि असीं उन्हां नाल लड़ाई लड़ीए, पता नहीं सरकार नूं मिलदा की है। मेरा नाम गुरलैब सिंह फगवाला जी। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਸੰਘਰਸ਼ ਲੜ ਰਹੇ? ਅਸੀਂ ਇਹ ਕਹਿੰਦੇ ਹਾਂ ਜੀ ਵੀ ਜਿਹੜੇ ਲੋਕਾਂ ਦੀ ਜ਼ਮੀਨ ਆਉਂਦੀ ਆ ਉਹਨੂੰ ਮੁਆਵਜ਼ਾ ਪੂਰਾ ਦਿੱਤਾ ਹੋਵੇ, ਰਸਤੇ ਦਿੱਤੇ ਜਾਣ, ਸਾਰਾ ਕੁਝ ਸਹੀ ਸਲਾਮਤ ਹੋਵੇ ਅਤੇ ਫਿਰ ਜ਼ਮੀਨ ਦੇਵਾਂਗੇ, ਨਹੀਂ ਕੋਈ ਜ਼ਮੀਨ ਨਹੀਂ ਦਿੰਦੇ। ਅਗਰ ਖਾਸ ਤਾਂ ਅਸੀਂ ਜ਼ਮੀਨ ਦੇਣ ਨੂੰ ਲੋੜ ਹੀ ਨਹੀਂ, ਕੋਈ ਸਾਡੇ ਖੇਤਾਂ ਦੇ ਵਾਢਾ ਟੁੱਕੀ ਹੋ ਰਹੀ ਹੈ, ਕੋਈ ਇੱਧਰ ਹੋ ਰਿਹਾ ਇੱਧਰ ਹੋ ਰਿਹਾ, ਬਰਬਾਦੀ ਹੋ ਰਹੀ ਹੈ, ਜਿਹੜੀ ਜ਼ਮੀਨ ਜਾ ਰਹੀ ਹੈ ਦੂਏ ਪਾਸੇ ਨਾ ਕੰਮ ਆਵੇ ਨਾ ਉਧਰਲੇ ਪਾਸੇ ਕੰਮ ਆਵੇ। ਸਰਕਾਰ ਸਾਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ, ਸਰਕਾਰ ਜੇ ਸਾਨੂੰ ਪੂਰਾ ਮੁਆਵਜ਼ਾ ਦੇਵੇ ਜਿੰਨਾ ਅਸੀਂ ਮੰਗਦੇ ਹਾਂ ਫਿਰ ਤਾਂ ਠੀਕ ਹੈ, ਨਹੀਂ ਕੋਈ ਗੱਲਬਾਤ ਨਹੀਂ। ਅਤੇ ਸਰਕਾਰ ਦੇ ਮੈਂ ਦਿਨ ਉਹਨਾਂ ਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਵੀ ਸੱਚੇ ਸੁੱਚੇ ਬੰਦੇ ਨੂੰ, ਇਮਾਨਦਾਰ ਬੰਦੇ ਨੂੰ ਵੋਟਾਂ ਪਾਓ, ਦੂਜੇ ਬੰਦੇ ਨੂੰ ਕੋਈ ਵੋਟ ਨਾ ਪਾਓ। ਹਾਂਜੀ ਮਾਤਾ ਜੀ, ਕੀ ਨਾਮ ਹੈ ਆਪਣਾ ਜੀ? ਗੁਰਮੀਤ ਕੌਰ। ਅੱਛਾ, ਤੁਸੀਂ ਇੱਥੇ ਜਿਹੜਾ ਧਰਨਾ ਲਾਇਆ ਹੋਇਆ ਕਿਸ ਸੰਬੰਧ ਦੇ ਵਿੱਚ ਲਾਇਆ ਹੋਇਆ, ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ? ਅਸੀਂ ਧਰਨਾ ਲਾਇਆ, ਜਿਹੜੀ ਸਾਡੀ ਉਹ ਜ਼ਮੀਨ ਖੋ ਰਹੇ ਨੇ, ਡਾਨੀਆਂ ਬਾਨੀਆਂ ਨੂੰ ਦੇ ਰਹੇ ਨੇ, ਉਹਦੇ ਵਾਸਤੇ ਅਸੀਂ ਧਰਨਾ ਲਾਇਆ ਹੋਇਆ। ਇਹ ਕਿੰਨੇ ਦਿਨ ਤੱਕ ਬੈਠਣ ਦਾ ਫੈਸਲਾ ਕੀਤਾ ਤੁਸੀਂ? ਜਿੰਨੀ ਦੇਰ ਤੱਕ ਉਹ ਸਾਡੀ ਗੱਲ ਮੰਨਦੇ ਨਹੀਂ ਉਨੀ ਦੇਰ ਤੱਕ ਅਸੀਂ ਬੈਠਾਂਗੇ। ਜੇ ਨਹੀਂ ਮੰਨਦੇ ਫਿਰ ਤੁਹਾਡਾ ਕੀ ਅੱਗੇ ਇਰਾਦਾ ਕੀ ਹੈ? ਫਿਰ ਅਸੀਂ ਆਪ ਸੋਚਾਂਗੇ ਵੀ ਅਸੀਂ ਕੀ ਕਰਨਾ ਅੱਗੇ। ਉਹ ਸਾਡੇ ਬਾਰੇ ਨਹੀਂ ਸੋਚ ਰਹੇ, ਅਸੀਂ ਤਾਂ ਸੋਚਾਂਗੇ ਨਾ ਆਪਣੇ ਵਾਸਤੇ ਵੀ ਸਾਡੇ ਨਾਲ ਇੱਦਾਂ ਤੁਸੀਂ ਕਿਉਂ ਕਰ ਰਹੇ ਹੋ। ਵੈਸੇ ਕਿਸੇ ਨੂੰ ਸ਼ੌਕ ਤਾਂ ਨਹੀਂ ਹੁੰਦਾ ਪਰਾਲੀ 'ਤੇ ਆ ਕੇ ਬੈਠਣ ਦਾ ਸੜਕ 'ਤੇ, ਕਿਸਾਨਾਂ ਨੂੰ ਬਹੁਤ ਦੁੱਖ ਹੈ ਇਸ ਗੱਲ ਦਾ। ਜੇ ਉਹਨਾਂ ਨੂੰ ਜੇ ਛੜੀ ਜ਼ਮੀਨ ਤਾਂ ਬੱਚੇ ਅੱਗੋਂ ਕੀ ਕਰਨਗੇ, ਉਹ ਕੀ ਖਾਣਗੇ ਦੱਸੋ? ਇਹ ਮਹੀਨੇ ਸਾਡੀ ਤਾਂ ਨਿਭ ਗਈ, ਜਿਹੜਾ ਅੱਗੋਂ ਪਰਿਵਾਰ ਹੈ ਉਹ ਕੀ ਕਰੇਗਾ ਜੋ ਜ਼ਮੀਨ ਸਾਡੇ ਕੋਲ ਲੈ ਗਏ? ਦੇਖੋ ਇਹ ਵੀ ਤੁਸੀਂ ਸਿਆਣੇ, ਅਸੀਂ ਵੀ ਘਰ ਬਾਹਰ ਛੱਡ ਕੇ ਬੈਠੀਆਂ ਵਾ। ਚਲੋ ਵਾਹਿਗੁਰੂ ਨੇ ਪਾਇਆ ਆ, ਜਿੰਨਾ ਚਿਰ ਨਹੀਂ ਫੈਸਲਾ ਮਕਾਨ ਦੇ ਬੈਠੇ ਆ ਆਰਾਮ ਨਾਲ, ਰੋਟੀ ਮਿਲਦੀ, ਚਾਹ ਪੀਂਦੇ ਹਾਂ, ਖਾਂਦੇ ਹਾਂ, ਬਹਿੰਦੇ ਆਰਾਮ ਨਾਲ। ਅਜੇ ਸਾਡੇ ਕਣਕਾਂ ਖੇਤ ਕਣਕਾਂ 'ਚ ਹੈਗੀ, ਜੀਰੀ ਵੀ ਹੈਗੀ ਘਰ, ਕੋਈ ਫਰਕ ਨਹੀਂ ਪੈਣ ਲੱਗਾ। ਫਿਰ ਦੇਖ ਲਵਾਂਗੇ ਕੀ ਕਰਨਗੇ ਉਹ, ਮੰਗਾਂ ਤਾਂ ਮੰਗਾਂਗੇ ਅਸੀਂ, ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਜਾਂਦੇ। ਅਜੇ ਤਾਂ ਅਸੀਂ ਖੁਸ਼ ਹੋ ਕੇ ਬਹੁਤ ਮੰਗ ਰਹੇ ਹਾਂ ਵੀ ਚੱਲ ਇੰਨੇ ਚਿਰ 'ਚ ਅਜੇ ਅਸੀਂ ਕੋਈ ਨਹੀਂ ਥੱਕੇ ਨਹੀਂ ਹੈਗੇ, ਪਰ ਉਹਨਾਂ ਨੂੰ ਵੀ ਤਾਂ ਕੁਛ ਚਾਹੀਦਾ, ਸਰਕਾਰਾਂ ਨੂੰ ਵੀ ਕਰਨਾ, ਉਹ ਕੀ ਸੋਚਦੇ ਨੇ? ਸਰਕਾਰ ਤਾਂ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ। ਚਲੋ ਦੇਖੀ ਜਾਊਗੀ, ਜਿਹੜੀ ਧੱਕੇਸ਼ਾਹੀ ਹੋਊਗੀ ਫਿਰ ਧੱਕੇਸ਼ਾਹੀ ਨੂੰ ਤਾਂ ਕਿਸਾਨ ਵੀ ਕਿਹੜਾ ਇੰਨੇ, ਉਹ ਤਾਂ ਦੇਖ ਸਰਕਾਰ ਤੋਂ ਮੰਗਣਾ ਤਾਂ ਪੈਣਾ ਹੀ ਹੈ। ਹੋ ਸਕਦਾ ਕੁਛ ਨਾ ਕੁਛ ਤਾਂ ਕਰਨਗੇ, ਅਤੇ ਨਹੀਂ ਤਾਂ ਫਿਰ ਲੋਕ ਜਿਹੜੇ ਨੇ ਉਹ ਉੱਪਰ ਦੀ ਹੋ ਜਾਂਦੇ। ਸੋ ਨਿਹਾਲ।